ਜਦੋਂ ਉਸ ਪਿੰਗਲੇ ਪਤੀ ਨੇ ਕੋਹੜੀ ਇਹ ਦੋ ਕਾਂ ਇਹ ਚਿੱਟੇ ਹੰਸ ਬਣ ਗਏ ਨੇ, ਉਹਦੇ ਮਨ ਦੇ ਵਿੱਚ ਵੀ ਖਿਆਲ ਆਇਆ ਵੀ ਇਸ ਜਲ ਦੇ ਵਿੱਚ ਕੋਈ ਕਰਾਮਾਤ ਹੈ। ਕਿਉਂ ਜੇ ਇਸ ਦੇ ਵਿੱਚ ਕਰਾਮਾਤ ਨਾ ਹੁੰਦੀ ਤਾਂ ਕਾਲੇ ਕਾਂ ਚਿੱਟੇ ਨਹੀਂ ਸੀ ਹੋ ਸਕਦੇ। ਹੁਣ ਇਹ ਕਾਲੇ ਕਾਂ ਚਿੱਟੇ ਹੋ ਗਏ ਨੇ ਅਤੇ ਇਸ ਲਈ ਇਸ ਪਾਣੀ ਵਿੱਚ ਕੋਈ ਕਰਾਮਾਤ ਹੈ ਅਤੇ ਮੈਂ ਵੀ ਇਹਦੇ ਵਿੱਚ ਇਸ਼ਨਾਨ ਕਰ ਲਵਾਂ, ਹੋ ਸਕਦਾ ਮੇਰਾ ਵੀ ਕੋਹੜ ਦੂਰ ਹੋ ਜਾਵੇ। ਇਹ ਇੱਕ ਵਾਹਿਗੁਰੂ ਨੇ ਇਹਨੂੰ ਕੌਤਕ ਦਿਖਾਇਆ। ਇਹ ਵੀ ਰੁੜਦਾ ਰੁੜਦਾ ਉਸ ਤਲਾਬ ਦੇ ਪਾਣੀ ਕੋਲ ਚਲਿਆ ਗਿਆ। ਇਸ ਨੇ ਜਾ ਕੇ ਪਹਿਲਾਂ ਆਪਣੇ ਮੁੱਖ ਵਿੱਚ ਉਹ ਜਲ ਪਾਇਆ ਅਤੇ ਜਦੋਂ ਮੁੱਖ ਵਿੱਚ ਜਲ ਪਾਇਆ ਇਹਦੇ ਮਨ ਨੂੰ ਸ਼ਾਂਤੀ ਮਿਲੀ। ਫਿਰ ਇਹ ਮਨ ਵਿੱਚ ਖਿਆਲ ਆਇਆ ਵੀ ਮੈਂ ਹੁਣ ਇਹਦੇ ਵਿੱਚ ਇਸ਼ਨਾਨ ਵੀ ਕਰ ਲਵਾਂ। ਪਰ ਜਦੋਂ ਉਸਨੇ ਇਸ਼ਨਾਨ ਕੀਤਾ ਤਾਂ ਬਸ ਫਿਰ ਕੀ ਸੀ, ਪਾਣੀ ਭਾਵੇਂ ਥੋੜ੍ਹਾ ਸੀ ਪਰ ਉਸਨੇ ਉਸ ਤਲਾਬ ਦੀ ਜਿਹੜੀ ਮਿੱਟੀ ਸੀ ਉਹ ਵੀ ਇੰਨੀ ਪਵਿੱਤਰ ਸੀ, ਉਹਨੂੰ ਸਰੀਰ 'ਤੇ ਮਲਣਾ ਸ਼ੁਰੂ ਕਰ ਦਿੱਤਾ। ਉਹਦੀ ਇਹੋ ਜਿਹੀ ਤਾਸੀਰ ਸੀ ਅਤੇ ਇਹਦਾ ਸਾਰਾ ਕੋਹੜ ਵੀ ਦੂਰ ਹੋ ਗਿਆ ਅਤੇ ਐਨ ਨੌ ਵਾਰ ਨੌ ਹੋ ਕੇ ਬਾਹਰ ਨਿਕਲਿਆ। ਅਤੇ ਜਦੋਂ ਵਾਪਸ ਮੁੜ ਕੇ ਆਇਆ ਅਤੇ ਉਸੇ ਖਾਰੀ 'ਤੇ ਬੇਰੀ ਦੇ ਹੇਠਾਂ ਬੈਠ ਗਿਆ। ਹੁਣ ਇਹਦੀ ਧਰਮ ਪਤਨੀ ਬੀਬੀ ਰਜਨੀ ਜਦੋਂ ਭੀਖ ਮੰਗ ਕੇ ਆਈ ਉਹਨੇ ਦੇਖਿਆ ਵੀ ਮੈਂ ਪਹਿਲਾਂ ਆਪਣੇ ਪਤੀ ਨੂੰ ਛਕਾਵਾਂ ਅਤੇ ਫਿਰ ਬਾਅਦ ਵਿੱਚ ਮੈਂ ਭੋਜਨ ਛਕਾਂਗੀ। ਪਰ ਜਦੋਂ ਉਹਨੇ ਦੇਖਿਆ ਉਹਦਾ ਪਤੀ ਤਾਂ ਉੱਥੇ ਦਿਖਾਈ ਨਾ ਦਿੱਤਾ, ਕੋਈ ਹੋਰ ਨੌ ਵਾਰ ਨੌ ਮਰਦ ਸਾਹਮਣੇ ਬੈਠਾ ਦਿਖਾਈ ਦੇ ਰਿਹਾ ਸੀ। ਬੀਬੀ ਰਜਨੀ ਸਤਵੰਤੀ ਸੀ, ਪਤੀ ਪ੍ਰਾ ਧਰਮ ਦੇ ਵਿੱਚ ਪ੍ਰਪੱਕ ਰਹਿਣ ਵਾਲੀ ਬੀਬੀ ਸੀ। ਹੁਣ ਜਦੋਂ ਉਸਨੇ ਦੇਖਿਆ ਵੀ ਇਹ ਜਿਹੜਾ ਸਾਹਮਣੇ ਆਦਮੀ ਬੈਠਾ ਹੈ ਇਹ ਮੇਰਾ ਪਤੀ ਨਹੀਂ ਹੈ, ਮੇਰਾ ਪਤੀ ਕੋਹੜੀ 'ਤੇ ਪਿੰਗਲਾ ਸੀ, ਇਹ ਤਾਂ ਨੌ ਵਾਰ ਨੌ ਹੈ, ਕਿਧਰੇ ਐਸਾ ਨਾ ਹੋਵੇ ਇਹਨੇ ਮੇਰੇ ਰੂਪ 'ਤੇ ਮੋਹਿਤ ਹੋ ਕੇ ਮੇਰੇ ਪਤੀ ਨੂੰ ਇੱਧਰ ਬਿੱਲੇ ਲਾ ਦਿੱਤਾ ਹੋਵੇ, ਮਾਰ ਮੁਕਾਇਆ ਹੋਵੇ ਅਤੇ ਇਹ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਹੋਵੇ ਪਰ ਮੈਂ ਐਸਾ ਕਰ ਨਹੀਂ ਸਕਦੀ। ਉਸਨੇ ਦੂਰੋਂ ਖਲੋ ਕੇ ਪੁੱਛਿਆ ਭਾਈ ਤੂੰ ਕੌਣ ਹੈ? ਉਹਨੇ ਅੱਗੋਂ ਆਖਿਆ ਮੈਂ ਤੇਰਾ ਪਤੀ ਹਾਂ। ਉਹ ਕਹਿਣ ਲੱਗੀ ਤੂੰ ਮੇਰਾ ਪਤੀ ਨਹੀਂ ਹੋ ਸਕਦਾ। ਉਹ ਕਹੇ ਨਹੀਂ ਮੈਨੂੰ ਤੇਰੀ ਕਸਮ ਮੈਂ ਤੇਰਾ ਪਤੀ ਹਾਂ। ਪਰ ਜਦੋਂ ਦੋਹਾਂ ਦਾ ਤਕਰਾਰ ਹੋਇਆ ਬੀਬੀ ਸਤਵੰਤੀ ਹੋਣ ਕਰਕੇ ਉਸਨੇ ਉਸਦੇ ਯਕੀਨ ਨਾ ਕੀਤਾ। ਅਖੀਰ ਗੁਰੂ ਅਰਜਨ ਦੇਵ ਮਹਾਰਾਜ ਉਸ ਵੇਲੇ ਅੰਮ੍ਰਿਤਸਰ ਦੀ ਸਰੋਵਰ ਦੀ ਸੇਵਾ ਕਰਵਾ ਰਹੇ ਸਨ, ਉੱਥੇ ਇਹ ਮਸਲਾ ਚਲਿਆ ਗਿਆ ਅਤੇ ਗੁਰੂ ਮਹਾਰਾਜ ਨੇ ਦੋਹਾਂ ਨੂੰ ਆਪਣੇ ਪਾਸ ਸੱਦਿਆ ਅਤੇ ਕਹਿਣ ਲੱਗੇ ਭਾਈ ਦੱਸੋ ਗੱਲ ਕੀ ਹੈ? ਕਹਿੰਦੇ ਜੀ ਆਹ ਗੱਲ ਹੈ। ਬੀਬੀ ਕਹਿਣ ਲੱਗੀ ਮੇਰਾ ਪਤੀ ਕੋਹੜੀ 'ਤੇ ਪਿੰਗਲਾ ਸੀ, ਇਹ ਹੁਣ ਨੌ ਵਾਰ ਨੌ ਹੋ ਗਿਆ, ਇਹ ਕੀ ਕ੍ਰਿਸ਼ਮਾ ਹੋ ਗਿਆ, ਕੀ ਕਰਾਮਾਤ ਹੋ ਗਈ ਹੈ, ਇਸ ਗੱਲ ਦੀ ਮੈਨੂੰ ਸਮਝ ਨਹੀਂ ਆ ਰਹੀ। ਸਤਿਗੁਰੂ ਉਸਨੂੰ ਪੁੱਛਣ ਲੱਗੇ ਭਾਈ ਸੱਚ ਦੱਸੀ, ਝੂਠ ਨਾ ਬੋਲੀ, ਇਹ ਝੂਠ ਬੋਲਣਾ ਮਹਾਂ ਪਾਪ ਹੈ,
ਤੂੰ ਸੱਚ ਦੱਸ ਕੌਣ ਹੈ? ਉਹ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਕਦੀ ਵੀ ਝੂਠ ਨਹੀਂ ਬੋਲਦਾ। ਮੈਂ ਉੱਥੇ ਇੱਕ ਬੇਰੀ ਦੇ ਦਰਖਤ ਹੇਠਾਂ ਬੈਠਾ ਸੀ, ਉੱਥੇ ਇੱਕ ਪਾਣੀ ਦਾ ਤਲਾਬ ਸੀ, ਉਹਦੇ ਵਿੱਚ ਦੋ ਕਾਂ ਲੜਦੇ ਲੜਦੇ ਡਿੱਗ ਪਏ ਅਤੇ ਉਹ ਹੰਸ ਬਣਦੀ ਮੈਂ ਵੇਖੀ। ਫਿਰ ਮੈਂ ਉਸੇ ਜਲ ਵਿੱਚ ਇਸ਼ਨਾਨ ਕੀਤਾ ਅਤੇ ਮੇਰਾ ਵੀ ਸਰੀਰ ਨੌ ਵਾਰ ਨੌ ਹੋ ਗਿਆ, ਮੈਂ ਸੱਚ ਕਹਿੰਦਾ। ਸਤਿਗੁਰੂ ਕਹਿਣ ਲੱਗੇ, ਚਲੋ ਭਾਈ, ਸੰਗਤ ਨੂੰ ਕਹਿਣ ਲੱਗੇ ਆਪਾਂ ਉਸ ਥਾਂ 'ਤੇ ਚੱਲਦੇ ਹਾਂ। ਅਤੇ ਜਦੋਂ ਸਤਿਗੁਰੂ ਮਹਾਰਾਜ ਉਹਨਾਂ ਨੂੰ ਨਾਲ ਲੈ ਕੇ ਇੱਥੇ ਆਏ ਨੇ ਜਿੱਥੇ ਦੁੱਖ ਭੰਜਨੀ ਬੇਰ ਸਾਹਿਬ ਹੈ, ਅਤੇ ਆ ਕੇ ਸਤਿਗੁਰੂ ਮਹਾਰਾਜ ਨੇ ਉਸ ਵੇਲੇ ਪਾਵਨ ਸ਼ਬਦ ਉਚਾਰਨ ਕੀਤਾ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਇਹ ਸੰਪੂਰਨ ਸ਼ਬਦ ਉਚਾਰਨ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇਸ ਦੁੱਖ ਭੰਜਨੀ ਬੇਰੀ ਸਾਹਿਬ ਜੀ ਦਾ ਅਤੇ ਨਾਲ ਇਸ ਤਲਾਬ ਦਾ ਗੁਰੂ ਮਹਾਰਾਜ ਨੇ ਮਹਾਤਮਾ ਉਚਾਰਨ ਕੀਤਾ। ਅੰਮ੍ਰਿਤ ਸਾਰ ਸਤਿਗੁਰ ਸਤਿ ਵਾਦੀ ਜਿਤ ਨਾਤਾ ਕਊਆ ਹੰਸ ਹੋਵੇ, ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ, ਜੋ ਤਿਸ ਕਾਗੋ ਹੰਸ ਕਰੇ। ਵਾਹਿਗੁਰੂ ਤੂੰ ਹੰਸ ਵੀ ਬਣਾ ਸਕਦਾ, ਇਹ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਕਾਗੋ ਹੰਸ ਕਰੇ। ਅਤੇ ਅੰਮ੍ਰਿਤਸਰ ਸਤਿਗੁਰ ਸਤਿ ਵਾਦੀ ਜਿਤ ਨਾਤਾ ਕਊਆ ਹੰਸ ਹੋਵੇ, ਇਹ ਬਚਨ ਗੁਰੂ ਅਮਰਦਾਸ ਮਹਾਰਾਜ ਦੇ ਨੇ। ਜੇ ਸਤਿਗੁਰੂ ਪਹਿਲਾਂ ਹੀ ਇਹ ਭਵਿੱਖ ਬਾਣੀ ਕਰ ਗਏ, ਫਿਰ ਉੱਥੇ ਪੰਜਵੇਂ ਸਰੂਪ ਦੇ ਸਮੇਂ ਉਹ ਸਾਕਾਰ ਹੋਏ, ਪ੍ਰਤੱਖ ਕਾਂ ਹੰਸ ਬਣੇ। ਹੁਣ ਵੀ ਪਿੱਛੇ ਜੇ ਇੱਕ ਗੁਰਮੁਖ ਪਿਆਰਾ ਸਿੰਘ ਮਿਲਿਆ ਸੀ ਔਰ ਉਹ ਮਲਾਇਆ 'ਚ ਰਹਿੰਦਾ ਸੀ, ਉਹ ਕਹਿੰਦਾ ਵੀ ਮੈਂ ਮਲਾਇਆ 'ਚ ਇੱਕ ਵਾਰੀ ਚਿੜੀਆ ਘਰ ਦੇਖਣ ਚਲਿਆ ਗਿਆ, ਵੀ ਮੈਂ ਉੱਥੇ ਚਿੱਟੇ ਕਾਂ ਵੇਖੇ ਨੇ, ਚਿੱਟੇ ਕਾਂ, ਚਿੱਟੇ ਮੋਰ ਵੀ ਹੁੰਦੇ ਨੇ। ਕਈ ਲੋਕ ਕਹਿੰਦੇ ਨੇ ਗੱਲ ਹੋ ਨਹੀਂ ਸਕਦੀ, ਪਰਮੇਸ਼ੁਰ ਸਭ ਕੁਛ ਕਰ ਸਕਦਾ, ਸਾਨੂੰ ਯਕੀਨ ਨਹੀਂ ਹੈ। ਅਤੇ ਜੇ ਯਕੀਨ ਆ ਜਾਵੇ, ਭਰੋਸਾ ਆ ਜਾਵੇ ਤਾਂ ਕਾਵਾਂ ਤੋਂ ਹੰਸ ਬਣ ਸਕਦੇ ਨੇ। ਗੱਲ ਭਰੋਸੇ ਅਤੇ ਯਕੀਨ ਦੀ ਹੁੰਦੀ ਹੈ। ਕਹਿਣ ਤੋਂ ਭਾਵ ਇਹ, ਜਦੋਂ ਆਪਾਂ ਵਾਹਿਗੁਰੂ 'ਤੇ ਭਰੋਸਾ ਕਰ ਲਈਏ ਨਾ, ਤਾਂ ਫਿਰ ਸਭ ਕੁਝ ਉਹ ਵਾਹਿਗੁਰੂ ਕਰ ਸਕਦਾ। ਹੁਣ ਜਦੋਂ ਇਸ ਗੱਲ ਦਾ ਪਤਾ ਬੀਬੀ ਰਜਨੀ ਦੇ ਪਿਤਾ ਨੂੰ ਲੱਗਿਆ, ਜੋ ਪੱਟੀ ਦਾ ਰਾਜਾ ਦੁਨੀ ਚੰਦ ਉਸਦਾ ਨਾਮ ਸੀ, ਅਤੇ ਵੀ ਮੇਰੀ ਸਭ ਤੋਂ ਛੋਟੀ ਲੜਕੀ ਬੀਬੀ ਰਜਨੀ ਨੂੰ ਮੈਂ ਕੋਹੜੀ ਅਤੇ ਪਿੰਗਲੀ ਨਾਲ ਵਿਆਹਿਆ ਸੀ, ਵੀ ਉਹ ਤਾਂ ਬਿਲਕੁਲ ਹੁਣ ਰਾਜੀ ਹੋ ਗਿਆ, ਅਤੇ ਇਸ ਲਈ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ, ਭੁੱਲ ਹੋਈ ਹੈ। ਫਿਰ ਉਹ ਵੀ ਆਪਣੀ ਭੁੱਲ ਬਖਸ਼ਾਉਣ ਦੇ ਲਈ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਆਇਆ। ਉਹਦੇ ਘਰ ਪੁੱਤਰ ਹੈ ਨਹੀਂ ਸੀ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਭਾਈ ਤੇਰੀ ਗਲਤੀ ਤਾਂ ਮੁਆਫ ਹੋਵੇਗੀ, ਹੁਣ ਜਿਹੜਾ ਤੇਰਾ ਰਾਜ ਭਾਗ ਹੈ ਉਹਦਾ ਮਾਲਕ ਇਹਨਾਂ ਨੂੰ ਬਣਾ ਦੇ। ਹੁਣ ਵੇਖ ਲਓ ਕਿਤੇ ਕੋਹੜੀ ਅਤੇ ਪਿੰਗਲਾ ਪਤੀ ਮਿਲਿਆ ਸੀ, ਪਰ ਉਸ ਦੇ ਭਰੋਸੇ ਨੂੰ, ਉਸ ਦੇ ਸੱਤ ਨੂੰ ਭਾਗ ਲੱਗੇ, ਅਤੇ ਫਿਰ ਉਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੋ ਗਏ। ਜਦੋਂ ਅਸੀਂ ਨਾਮ ਦੇ ਨਾਲ ਜੁੜ ਜਾਂਦੇ ਹਾਂ, ਹਾਲਤ ਸੁੱਖ ਪਾਲਤ ਸੁੱਖ, ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲਿਖਿਆ, ਇਹੀ ਉਪਦੇਸ਼ ਗੁਰੂ ਮਹਾਰਾਜ ਨੇ ਬਾਰ ਬਾਰ ਸਾਨੂੰ ਬਾਣੀ ਵਿੱਚ ਬਖਸ਼ਿਸ਼ ਕੀਤਾ ਹੈ। ਜਪ ਮਨ ਸਤਨਾਮ
ਸਦਾ ਸਤਨਾਮ। ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਸੋ ਆਪ ਸੰਤਾਂ ਸੁਖਮਨੀ ਸਾਹਿਬ ਬਾਣੀ ਦੀ ਕਥਾ ਵਿਚਾਰ ਸੁਣਦੇ ਆ ਰਹੇ। ਜਦੋਂ ਵੀ ਕੋਈ ਵਿਦਵਾਨ ਕਥਾਵਾਚਕ ਇੱਥੇ ਆਉਂਦਾ ਹੈ ਤਾਂ ਉਸ ਵੇਲੇ ਇਹੀ ਲੜੀਵਾਰ ਕਥਾ ਕਰਵਾਈ ਜਾਂਦੀ। ਸੋ ਹੁਣ ਵੀ ਸਤਿਗੁਰੂ ਦੀ ਕਿਰਪਾ ਦਾ ਸਦਕਾ, ਕਿਉਂਕਿ ਬਾਣੀ ਬਿਰਲੋ ਵਿਚਾਰ ਸੀ ਜੀ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਹੀ ਨਿਜ ਕਰ ਵਾਸਾ। ਹੁਣ ਆਪਾਂ ਇਸ ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨਾ। ਪੰਜ ਸਲੋਕ ਅਤੇ ਪੰਜ ਅਸ਼ਟਪਦੀਆਂ ਦੀ ਕਥਾ ਸੰਪੂਰਨ ਹੋ ਚੁੱਕੀ ਹੈ। ਅੱਗੇ ਛੇਵਾਂ ਸਲੋਕ ਅਤੇ ਛੇਵੀਂ ਅਸ਼ਟਪਦੀ ਆਰੰਭ ਹੋਣ ਲੱਗੀ ਹੈ। ਇਹ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਨੇ ਉਚਾਰਨ ਕੀਤੀ। ਤੁਸੀਂ ਹੈਰਾਨ ਹੋਵੋਗੇ, ਤੁਸੀਂ ਜੋ ਪੰਜਨੀ ਬੇਰੀ ਸਾਹਿਬ ਜੀ ਦਾ ਇਤਿਹਾਸ ਸੁਣਿਆ ਨਾ, ਅਤੇ ਇਹ ਜਿਹੜੀ ਬਾਣੀ ਹੈ ਸੁਖਮਨੀ ਸਾਹਿਬ, ਇਹ ਪਵਿੱਤਰ ਬਾਣੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਇੱਕ ਬੇਰੀ ਦੇ ਦਰਖਤ ਹੇਠਾਂ ਬੈਠ ਕੇ ਹੀ ਉਚਾਰਨ ਕੀਤੀ। ਉਹ ਵੀ ਬੇਰੀ ਦਾ ਦਰਖਤ ਹੁਣ ਮੌਜੂਦ ਹੈ। ਹੁਣ ਉੱਥੇ ਛੋਟਾ ਜਿਹਾ ਸਥਾਨ ਅਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋ ਗਿਆ। ਸੋ ਰਹੁ ਵਿਚਾਰ, ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਸ਼ਲੋਕ ਦੇ ਵਿੱਚ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ। ਕਾਹਦੇ ਲਈ ਅਰਦਾਸ ਬੇਨਤੀ ਕੀਤੀ ਹੈ? ਜਿਹੜੇ ਪੰਜ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਬੜੇ ਸ਼ਕਤੀਸ਼ਾਲੀ ਨੇ। ਇਹਨਾਂ ਨੂੰ ਗੁਰੂ ਮਹਾਰਾਜ ਨੇ ਚੋਰ ਵੀ ਆਖਿਆ ਹੈ, ਡਾਕੂ ਵੀ ਕਿਹਾ ਹੈ, ਇਹਨਾਂ ਨੂੰ ਭੂਤਨੇ ਵੀ ਕਿਹਾ ਹੈ। ਕਈ ਰੂਪਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਕੀਤਾ ਮਿਲਦਾ। ਪੰਜ ਚੋਰ ਮਿਲ ਲਾਗੇ ਨਗਰੀਆ, ਰਾਮ ਨਾਮ ਤਨ ਹਿਰਿਆ, ਇਹਨਾਂ ਨੂੰ ਚੋਰ ਡਾਕੂ ਸਭ ਕੁਝ ਹੀ ਕਿਹਾ ਹੈ। ਔਰ ਇਹਨੇ ਇੰਨੇ ਸ਼ਕਤੀਸ਼ਾਲੀ ਨੇ, ਇਹ ਕਿਸੇ ਤੋਂ ਜਿੱਤੇ ਵੀ ਨਹੀਂ ਜਾਂਦੇ। ਹਾਂ, ਜਿਹੜਾ ਇਹਨਾਂ ਨੂੰ ਜਿੱਤ ਲਵੇ, ਭਗਤ ਕਬੀਰ ਜੀ ਦਾ ਕਥਨ ਹੈ, ਕਹਿਤ ਕਬੀਰ ਪੰਜ ਜੋ ਚੂਰੇ ਤਿੰਨ ਤੇ ਨਾਹੀਂ ਪਰਮ ਪਦ, ਜਿਨ ਮਿਲ ਮਾਰੇ ਪੰਜ ਸੂਰ ਬੀਰ, ਐਸੋ ਕੌਣ ਬਲੀ ਰੇ, ਜਿਨ ਪੰਜ ਮਾਰ ਬਿਦਾਰ ਉਧਾਰੇ, ਸੋ ਪੂਰਾ ਇਹ ਕਲੀ ਰੇ। ਇਸ ਕਲਯੁਗ ਦੇ ਵਿੱਚ ਪੂਰਾ ਸੂਰਮਾ, ਪੂਰਾ ਸੂਰਾ ਕੌਣ ਹੈ ਜਿਹਨੇ ਇਹਨਾਂ ਪੰਜਾਂ ਨੂੰ ਵਸ ਕਰ ਲਿਆ? ਉਹੀ ਅਸਲੀ ਅਤਰਥੀ ਸੂਰਮਾ ਹੈ। ਸੋ ਇਹਨਾਂ ਨੂੰ ਕਿਵੇਂ ਜਿੱਤਿਆ ਜਾ ਸਕਦਾ ਹੈ, ਕਿਵੇਂ ਇਹਨਾਂ ਨੂੰ ਵਸੀਕਾਰ ਕੀਤਾ ਜਾਂਦਾ ਹੈ, ਇਹਦੇ ਲਈ ਅਰਦਾਸ ਬੇਨਤੀ ਕੀਤੀ। ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਜਿਹੜਾ ਕੰਮ ਸਾਥੋਂ ਆਪਣੇ ਆਪ ਨਹੀਂ ਹੋ ਸਕਦਾ, ਫਿਰ ਉਹ ਗੁਰੂ ਤੋਂ ਸਹਾਇਤਾ ਲੈ ਕੇ, ਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਉਸ ਕਾਰਜ ਦੀ ਸੰਪੂਰਨਤਾ ਕਰਨੀ ਪੈਂਦੀ ਹੈ। ਸੋ ਇੱਥੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ। ਲੋ ਸੰਗਤਾਂ ਪ੍ਰੇਮ ਦੇ ਨਾਲ
ਪਹਿਲਾਂ ਸ਼ਲੋਕ ਦੀ ਵਿਚਾਰ ਸਰਵਣ ਕਰੋ, ਫਿਰ ਅਸ਼ਟਪਦੀ ਦੀ ਕਥਾ ਆਰੰਭ ਹੋਵੇਗੀ। ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਕਾਮ ਕਰੋ ਦਿਆਰ ਲੋਭ ਮੋਹ ਬਿਨਸ ਜਾਏ ਅਹਮੇਵ। ਅਗਲੀ ਵੀ ਪੜ੍ਹ ਦਿਓ। ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਸ਼ਲੋਕ ਦੇ ਵਿੱਚ ਨਾਨਕ ਪ੍ਰਭ ਸਰਣਾਗਤੀ, ਹੇ ਵਾਹਿਗੁਰੂ ਜੀ, ਅਸੀਂ ਆਪ ਜੀ ਦੀ ਸ਼ਰਨ ਵਿੱਚ ਪਏ ਹਾਂ, ਕਰ ਪ੍ਰਸਾਦ ਗੁਰਦੇਵ। ਤੁਸੀਂ ਗੁਰਦੇਵ ਹੋ, ਸਾਡੇ ਪੂਜਨੀ ਗੁਰੂ ਹੋ, ਅਤੇ ਸਾਡੇ 'ਤੇ ਕਿਰਪਾ ਕਰੋ। ਤੁਹਾਡੀ ਕਿਰਪਾ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ। ਕਿਉਂ, ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਆਪ ਸਾਡੇ ਸਦਾ ਰਹਿ ਪਰਨੇ ਗੁਰਬਿਨ ਅਵਰ ਨਾ ਜਾਣੇ, ਉਹ ਹਮੇਸ਼ਾ ਗੁਰੂ ਦੇ ਪ੍ਰਾਇਣ ਹੋ ਕੇ ਰਹਿੰਦੇ ਨੇ। ਕਰ ਪ੍ਰਸਾਦ ਗੁਰਦੇ, ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ, ਹੇ ਗੁਰਦੇਵ, ਹੇ ਸਤਿਗੁਰੂ ਜੀ, ਤੁਸੀਂ ਸਾਡੇ 'ਤੇ ਮਿਹਰ ਕਰੋ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ। ਕੀ ਚਾਹੁੰਦੇ ਹੋ? ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇ। ਇਹ ਜਿਹੜੇ ਵਿਕਾਰ ਨੇ ਸਾਡਾ ਖਹਿੜਾ ਨਹੀਂ ਛੱਡਦੇ। ਕਿਹੜੇ ਕਿਹੜੇ ਵਿਕਾਰ ਨੇ? ਕਾਮ, ਕ੍ਰੋਧ, ਲੋਭ ਅਤੇ ਮੋਹ। ਅਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ, ਬਿਨਸ ਜਾਏ ਅਹਮੇਵ। ਅਹਮੇਵ ਜਿਹੜਾ ਸ਼ਬਦ ਹੈ, ਇਹ ਨਿਸ਼ਚੇ ਕਰਕੇ ਹੰਕਾਰ, ਇਹ ਪੰਜਵਾਂ ਵਿਕਾਰ ਹੈ। ਇਹਦੀ ਪਕੜ ਸਭ ਤੋਂ ਗਹਿਰੀ ਹੈ। ਬੰਦਾ ਕਾਮ ਨੂੰ ਛੱਡ ਸਕਦਾ, ਕ੍ਰੋਧ ਨੂੰ ਛੱਡ ਸਕਦਾ, ਲੋਭ ਨੂੰ ਛੱਡ ਸਕਦਾ, ਮੋਹ ਨੂੰ ਛੱਡ ਸਕਦਾ, ਪਰ ਹੰਕਾਰ ਛੱਡਣਾ ਸਭ ਤੋਂ ਔਖਾ। ਕਿਉਂ? ਇਹਦਾ ਕਾਰਨ ਇਹ ਹੈ, ਇੱਕ ਪਾਸੇ ਮਾਇਆਧਾਰੀ ਆਦਮੀ ਹੈ, ਉਹਨੂੰ ਮਾਇਆ ਦਾ ਹੰਕਾਰ ਹੁੰਦਾ, ਦੂਜੇ ਪਾਸੇ ਮਾਇਆ ਦਾ ਤਿਆਗੀ ਹੈ, ਉਹਨੂੰ ਤਿਆਗ ਦਾ ਹੰਕਾਰ ਹੋ ਜਾਂਦਾ। ਪਰ ਸਤਿਗੁਰੂ ਸਾਨੂੰ ਬਾਣੀ ਵਿੱਚ ਸਮਝਾਉਂਦੇ ਨੇ, ਹਰ ਜੀਉ ਹੰਕਾਰ ਨਾ ਭਾਵੇਂ, ਵੇਦ ਕੂਕ ਸੁਣਾਵੇ। ਇਹ ਹੰਕਾਰ ਬੜੇ ਬੜੇ ਤਿਆਗੀਆਂ ਨੂੰ ਵੀ ਤਬਾਹ ਕਰ ਦਿੰਦਾ। ਭਗਤ ਕਬੀਰ ਜੀ ਦੇ ਬਚਨ ਨੇ, ਕਬੀਰ, ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਮਾਨ ਮੁਨੀ ਮੁਨਵਰ ਗਲੇ, ਇਸ ਅਹੰਕਾਰ ਨੇ ਬੜੇ ਬੜੇ ਮੁਨੀ ਅਤੇ ਮੁਨੀ ਰਾਜ, ਵੱਡੇ ਜਿਹੜੇ ਤਪੀਸ਼ਵਰ ਹੋਏ ਨੇ, ਉਹਨਾਂ ਨੂੰ ਵੀ ਬਰਬਾਦ ਕੀਤਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰਤ ਨੇ। ਬੜੇ ਬੜੇ ਅਹੰਕਾਰੀਆ ਨਾਨਕ ਗਰਬ ਕਰੇ, ਅਤੇ ਚੰਗੇ ਕੰਮ ਦਾ ਅਹੰਕਾਰ ਵੀ ਸਾਨੂੰ ਅੱਗੇ ਨਹੀਂ ਵਧਣ ਦਿੰਦਾ, ਅਤੇ ਬੁਰੇ ਕੰਮ ਦਾ ਅਹੰਕਾਰ ਸਾਨੂੰ ਪਤਾ ਨਹੀਂ ਕਿਹੜੇ ਕੁੰਭੀ ਨਰਕ ਵਿੱਚ ਲਿਜਾ ਕੇ ਸੁੱਟ ਦਿੰਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਨਾ ਚੰਗੇ ਕੰਮ ਦਾ ਹੰਕਾਰ ਕਰਨਾ ਚਾਹੀਦਾ ਅਤੇ ਨਾ ਮਾੜੇ ਕੰਮ ਦਾ। ਜੇ ਚੰਗੇ ਕੰਮ ਦਾ ਵੀ ਹੰਕਾਰ ਕਰੋਗੇ, ਫਿਰ ਉਹਦਾ ਕੀ ਰਿਜ਼ਲਟ ਹੋਵੇਗਾ? ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ,
ਤੀਰਥ ਬਰਤ ਅਰਦਾਨ ਕਰ ਮਨਮਹਿ ਤਰੈ ਗੁਮਾਨ ਨਾਨਕ ਨੀ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾ। ਹੁਣ ਚੰਗੇ ਕੰਮ ਤਾਂ ਹੰਕਾਰ ਹੈ ਨਾ, ਤੀਰਥਾਂ 'ਤੇ ਇਸ਼ਨਾਨ ਕਰਨਾ, ਵਰਤ ਰੱਖਣੇ, ਪੁੰਨ ਦਾਨ ਕਰਨਾ, ਅਤੇ ਜੇ ਬੰਦਾ ਇਹ ਸ਼ੁਭ ਕਰਮਾਂ ਦਾ ਵੀ ਹੰਕਾਰ ਕਰ ਲੈਂਦਾ, ਉਹਦੇ ਕੀਤੇ ਸ਼ੁਭ ਕਰਮ ਵੀ ਅਜਾਈਂ ਚਲੇ ਜਾਂਦੇ ਨੇ। ਕਿਉਂ? ਉਦਾਹਰਨ ਬੜੀ ਸ਼ਾਨਦਾਰ ਦਿੱਤੀ ਹੈ, ਜਿਉਂ ਕੁੰਚਰ ਇਸ਼ਨਾਨ, ਜਿਵੇਂ ਹਾਥੀ ਦਾ ਕੀਤਾ ਇਸ਼ਨਾਨ ਵਿਅਰਥ ਹੋ ਜਾਂਦਾ। ਕਿਉਂ? ਹਾਥੀ ਬਾਰੇ ਤੁਸੀਂ ਦੇਖਿਆ ਵੀ ਹੋਵੇਗਾ ਟੀਵੀ ਚੈਨਲਾਂ 'ਤੇ, ਅਤੇ ਜਾਂ ਪ੍ਰਤੱਖ ਵੀ ਦੇਖਿਆ ਹੋਣਾ। ਹਾਥੀ ਇਸ਼ਨਾਨ ਕਰਕੇ ਫਿਰ ਆਪਣੇ ਸਰੀਰ 'ਤੇ ਮਿੱਟੀ ਪਾ ਲੈਂਦਾ, ਕਈ ਵਾਰੀ ਤਾਂ ਗਾਰਾ ਵੀ ਆਪਣੇ ਸਰੀਰ 'ਤੇ ਮਲ ਲੈਂਦਾ। ਸੁੰਡ ਨਾਲ ਚੱਕ ਚੱਕ ਕੇ ਹਾਥੀ ਆਪਣੇ ਸਰੀਰ 'ਤੇ ਗਾਰਾ ਸੁੱਟਦੇ, ਮਿੱਟੀ ਪਾਉਂਦੇ। ਹੁਣ ਤੁਸੀਂ ਆਖੋ ਐਸਾ ਕਿਉਂ ਕਰਦਾ? ਇਹਦੇ ਪਿੱਛੇ ਕਿਸੇ ਸਿਆਣੇ ਪੁਰਸ਼ ਨੇ ਇੱਕ ਵਿਗਿਆਨਕ ਕਾਰਨ ਦੱਸਿਆ। ਉਹ ਵਿਗਿਆਨਕ ਕਾਰਨ ਕੀ ਹੈ? ਇੱਕ ਪਹਾੜੀ ਕੀੜੀ ਹੁੰਦੀ ਹੈ, ਉਹ ਬੜੀ ਜ਼ਹਿਰੀਲੀ ਹੁੰਦੀ ਹੈ। ਜੇ ਉਹ ਹਾਥੀ ਨੂੰ ਦੰਦੀ ਵੱਢ ਦੇਵੇ, ਉਹਨੂੰ ਤੇਜ਼ ਬੁਖਾਰ ਚੜ੍ਹਦਾ, ਅਤੇ ਜੇ ਹਾਥੀ ਨੂੰ ਇੱਕ ਵਾਰੀ ਬੁਖਾਰ ਚੜ੍ਹ ਜਾਵੇ ਫਿਰ ਬਚਦਾ ਨਹੀਂ, ਉਹਦੀ ਮੌਤ ਹੋ ਜਾਂਦੀ ਹੈ। ਉਹ ਹਾਥੀ ਉਸ ਕੀੜੀ ਤੋਂ ਬਹੁਤ ਡਰਦਾ, ਉਸ ਕੀੜੀ ਤੋਂ ਡਰਦਾ ਮਾਰਾ ਆਪਣੇ ਸਰੀਰ 'ਤੇ ਗਾਰਾ ਅਤੇ ਮਿੱਟੀ ਪਾਉਂਦਾ ਵੀ ਕਿਧਰੇ ਉਹ ਕੀੜੀ ਮੈਨੂੰ ਦੰਦੀ ਨਾ ਵੱਢ ਦੇਵੇ। ਪਰ ਸਤਿਗੁਰੂ ਮਹਾਰਾਜ ਨੇ ਇਸ ਉਦਾਹਰਣ ਨੂੰ ਦੂਜੇ ਪੱਖ ਤੋਂ ਲਿਆ ਹੈ ਵੀ ਜਿਹੜੇ ਮਨੁੱਖ ਚੰਗੇ ਕੰਮ ਦਾ ਵੀ ਹੰਕਾਰ ਕਰਦੇ ਨੇ ਅਤੇ ਉਹਨਾਂ ਦਾ ਕੀਤਾ ਸਭ ਕੁਛ ਅਜਾਈਂ ਚਲਿਆ ਜਾਂਦਾ, ਜਿਉਂ ਕੁੰਚਰ ਇਸ਼ਨਾਨ, ਜਿਵੇਂ ਹਾਥੀ ਦਾ ਕੀਤਾ ਇਸ਼ਨਾਨ ਵਿਅਰਥ ਚਲਿਆ ਜਾਂਦਾ। ਇਸ ਲਈ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ, ਕਰ ਪ੍ਰਸਾਦ ਗੁਰਦੇ, ਕਿ ਸਤਿਗੁਰੂ ਜੀ ਤੁਸੀਂ ਕਿਰਪਾ ਕਰੋ, ਅਸੀਂ ਨਹੀਂ ਇਹਨਾਂ ਵਿਕਾਰਾਂ ਤੋਂ ਬਚ ਸਕਦੇ, ਸਾਡੀ ਕੋਈ ਤਾਕਤ ਨਹੀਂ, ਸਾਡੀ ਕੋਈ ਸਮਰੱਥਾ ਨਹੀਂ। ਅਨਜਾਨਤ ਵਿਖਿਆ ਮੈਂ ਰਚਿਆ, ਜੇ ਜਾਣਤ ਆਪਣ ਆਪ ਬਚੇ। ਜੇ ਕੋਈ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਤਾਂ ਫਿਰ ਉਹ ਇਹਨਾਂ ਵਿਕਾਰਾਂ ਤੋਂ ਬਚ ਕੇ ਦਿਖਾਵੇ, ਆਪਣੇ ਆਪ ਨਹੀਂ ਬਚਿਆ ਜਾਣਾ। ਚਾਹੇ ਕੋਈ ਕਿੰਨਾ ਕੋਈ ਵਿਦਵਾਨ ਹੋਵੇ, ਕਿੱਡਾ ਵੱਡਾ ਕੋਈ ਆਤਮਾ ਵੀ ਕਿਉਂ ਨਾ ਹੋਵੇ, ਗੁਰੂ ਤੋਂ ਬਿਨਾਂ ਇਹਨਾਂ ਵਿਕਾਰਾਂ ਤੋਂ ਬਹੁਤ ਔਖਾ ਹੈ। ਇਸ ਲਈ ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਜਿਵੇਂ ਇੱਥੇ ਸਤਿਗੁਰੂ ਨੇ ਅਰਦਾਸ ਕੀਤੀ ਹੈ ਨਾ, ਨਾਮ ਪ੍ਰਭ ਸਰਨਾਗਤੀ ਕਰ ਪ੍ਰਸਾਦ ਕਰਦੇ। ਭਗਤ ਰਵਿਦਾਸ ਜੀ ਨੇ ਵੀ ਅਰਦਾਸ ਕੀਤੀ ਹੈ, ਉਹਨਾਂ ਦਾ ਸ਼ਬਦ ਕਦੇ ਧਿਆਨ ਦੇ ਨਾਲ ਪੜ੍ਹਿਓ। ਗਰੀਬਨ ਵਾਚ ਸਤਿਗੁਰੂ ਜੀ ਕਹਿੰਦੇ ਨੇ ਨਾਮ ਪ੍ਰਭ ਸਰਨਾਗਤੀ ਕਰ ਪ੍ਰਸਾਦ ਕਰਦੇ, ਅਸੀਂ ਮਹਾਰਾਜ ਤੁਹਾਡੀ ਸ਼ਰਨ ਵਿੱਚ ਆਏ ਹਾਂ, ਤੁਸੀਂ ਸਾਡੇ 'ਤੇ ਮਿਹਰ ਕਰੋ। ਅਤੇ ਦੂਜੇ ਪਾਸੇ ਭਗਤ ਰਵਿਦਾਸ ਜੀ ਵੀ ਇਹਨਾਂ ਇਸੇ ਸਿਧਾਂਤ ਨੂੰ ਮੁੱਖ ਰੱਖਦਿਆਂ ਹੋਇਆਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ, ਨਾਥ ਕਛੂ ਨਾ ਜਾਣੋ, ਮਨ ਮਾਇਆ ਕਹਿ ਹਾਥ ਬਿਕੰਨੋ, ਤੂੰ ਕਹੀਏ ਤੂੰ ਜਗਤ ਗੁਰ ਸਾਨੂੰ। ਇੱਥੇ ਗੁਰਦੇਵ ਸ਼ਬਦ ਵਰਤਿਆ ਹੈ ਅਤੇ ਭਗਤ ਰਵਿਦਾਸ ਜੀ ਤੂੰ ਕਹੀਏ ਤੂੰ ਜਗਤ ਗੁਰ ਸਾਨੂੰ, ਜਗਤ ਗੁਰੂ ਸ਼ਬਦ ਵਰਤਦੇ ਨੇ।
ਤੁਮ ਕਹੀਏ ਤੋਂ ਜਗਤ ਗੁਰ ਸਵਾਮੀ, ਹਮ ਕਹੀਏ ਕਲ ਚੋ ਕੇ ਕਾਮੀ। ਤੇ ਅੱਗੇ ਕੀ ਕਹਿੰਦੇ ਨੇ, ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੀਂ। ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ, ਜਾ ਦੇਖੋ ਤਾਂ ਦੁੱਖ ਕੀ ਰਾਸੀ, ਅਜੋ ਨਾ ਪਤਿਆਏ ਨਿਗਾਹ ਪੈ ਸਕੀ। ਗੌਤਮ ਨਾਰ ਉਮਾ ਪਤ ਸਵਾਮੀ, ਸੀਸ ਤਰਨ ਸਹਿਸ ਭਗਨ। ਇਹ ਇੱਕ ਵੇਦਾਂ ਦਾ ਪ੍ਰਮਾਣ ਦਿੱਤਾ ਭਗਤ ਰਵਿਦਾਸ ਜੀ, ਨਿਗਮ ਵੇਦਾਂ ਨੂੰ ਕਹਿੰਦੇ ਨੇ, ਨਿਗਮ ਪੈ ਸਕੇ। ਆਗਮ ਨਿਗਮ ਜਿਹੜੇ ਸ਼ਬਦ ਗੁਰਬਾਣੀ ਵਿੱਚ ਆਉਂਦੇ ਨੇ, ਆਗਮ ਦਾ ਅਰਥ ਹੁੰਦਾ ਸ਼ਾਸਤਰ ਅਤੇ ਨਿਗਮ ਦਾ ਅਰਥ ਹੁੰਦਾ ਵੇਦ। ਵੇਦ ਸ਼ਾਸਤਰ ਵੀ ਇਹ ਗੱਲ ਕਹਿੰਦੇ ਨੇ। ਕੀ ਕਹਿੰਦੇ ਨੇ, ਜਿਹੜੇ ਵੱਡੇ ਵੱਡੇ ਰਿਸ਼ੀ ਮੁਨੀ ਪੀਰ ਪੈਗੰਬਰ ਅਵਤਾਰ ਵੀ ਹੋਏ ਨੇ ਗੌਤਮ ਨਾਲ, ਗੌਤਮ ਰਿਸ਼ੀ ਵੀ ਇਸ ਦੀ ਅਹਿਰਿਆ। ਉਮਾ ਪਦ ਸ਼ਿਵ ਜੀ, ਸਵਾਮੀ ਵਿਸ਼ਨੂੰ, ਸੀਸ ਧਾਰਨ ਬ੍ਰਹਮਾ, ਸਹਿਸ ਪਾਗਾਮੀ ਇੰਦਰ ਵਰਗੇ ਦੇਵਤੇ ਵੀ ਇਹਨਾਂ ਨੇ ਬਰਬਾਦ ਕਰ ਦਿੱਤੇ ਨੇ। ਗੌਤਮ ਨਾਰ ਉਮਾ ਪਦ ਸਵਾਮੀ, ਸੀਸ ਧਾਰਨ ਸਹਿਸ ਪਾਗਾਮੀ, ਇਨ ਦੋਤਨ ਖਲ ਵੱਧ ਕਰ ਮਾਰਿਓ, ਵੱਡੋ ਨਲਾਜ ਅਜੋ ਨਹਿ ਹਾਰੇ। ਆਖੀਰ ਤੇ ਫਿਰ ਬੇਨਤੀ ਕੀਤੀ ਹੈ, ਕਹਿ ਰਵਿਦਾਸ ਕਹਾਂ ਕੈਸੇ ਕੀਜੈ, ਬਿਨ ਰਘਨਾਥ ਸ਼ਰਨ ਕਾਂ ਕੀ ਲਿਖੇ। ਬਿਨਾਂ ਵਾਹਿਗੁਰੂ ਦੀ, ਗੁਰੂ ਪਰਮੇਸ਼ਰ ਦੀ ਸ਼ਰਨ ਤੋਂ ਇਹਨਾਂ ਵਿਕਾਰਾਂ ਤੋਂ ਬਚਿਆ ਨਹੀਂ ਜਾ ਸਕਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਭਾਈ ਕਰ ਪ੍ਰਸਾਦ ਗੁਰਦੇਵ, ਹੇ ਗੁਰਦੇਵ, ਹੇ ਸਤਿਗੁਰੂ ਜੀ, ਹੇ ਗੁਰੂ ਪਰਮੇਸ਼ਰ ਜੀ, ਤੁਸੀਂ ਸਾਡੇ 'ਤੇ ਕਿਰਪਾ ਕਰੋ, ਇਹਨਾਂ ਵਿਕਾਰਾਂ ਨੂੰ ਨਾਸ ਕਰ ਦਿਓ। ਅਸ਼ਟਪਦੀ ਜੇ ਪ੍ਰਸਾਦ ਸ਼ਕਤੀ ਹੀ ਅੰਮ੍ਰਿਤ ਖਾਹੇ। ਅੱਗੇ ਅਸ਼ਟਪਦੀ ਆਰੰਭ ਹੋ ਰਹੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਅਸ਼ਟਪਦੀ ਵਿੱਚ ਬਹੁਤ ਸਰਲ ਅਤੇ ਬਹੁਤ ਸੁੰਦਰ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਉਸ ਵਾਹਿਗੁਰੂ ਪਰਮੇਸ਼ਰ ਨੇ ਸਾਡੇ 'ਤੇ ਬਹੁਤ ਵੱਡੇ ਪਰਉਪਕਾਰ ਕੀਤੇ ਨੇ। ਹਰ ਸੁੱਖ ਹਰ ਸਹੂਲੀਅਤ ਜੋ ਸਾਡੇ ਕੋਲ ਮੌਜੂਦ ਹੈ, ਇਹ ਉਸ ਵਾਹਿਗੁਰੂ ਦੀ ਦਾਤ ਸਮਝਣੀ ਚਾਹੀਦੀ ਹੈ। ਜਦੋਂ ਕੁਛ ਵੀ ਸਾਨੂੰ ਸਾਹਮਣੇ ਨਜ਼ਰ ਆਵੇ ਤਾਂ ਉਸ ਵੇਲੇ ਵਾਹਿਗੁਰੂ ਦਾ ਸਿਮਰਨ ਕਰੋ, ਵਾਹਿਗੁਰੂ ਦਾ ਸ਼ੁਕਰਾਨਾ ਕਰੋ। ਸਿਆਣੇ ਪੁਰਸ਼ਾਂ ਨੇ ਬਹੁਤ ਵਧੀਆ ਨਿਚੋੜ ਕੱਢਿਆ ਹੋਇਆ, ਜਦੋਂ ਕੋਈ ਦੁੱਖ ਹੋਵੇ ਦੁੱਖ ਵੇਲੇ ਅਰਦਾਸ ਕਰੋ, ਜਦੋਂ ਸੁੱਖ ਮਿਲੇ ਤਾਂ ਵਾਹਿਗੁਰੂ ਦਾ ਸ਼ੁਕਰਾਨਾ ਕਰੋ, ਅਤੇ ਜਦੋਂ ਹੋਰ ਸਮਾਂ ਜਿੰਨਾ ਵੀ ਹੋਵੇ ਉਹਦੇ ਵਿੱਚ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਰਹੋ। ਦੁੱਖ ਵੇਲੇ ਅਰਦਾਸ, ਸੁੱਖ ਵੇਲੇ ਸ਼ੁਕਰਾਨਾ, ਹਰ ਵੇਲੇ ਸਿਮਰਨ ਕਰਦੇ ਰਹੋ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕਹਿ ਸਕਦਾ। ਹਜ਼ੂਰ ਅਸ਼ਟਪਦੀ ਅੱਠ ਪੌੜੀਆਂ ਵਾਲੀ ਰਚਨਾ ਨੂੰ ਕਹਿੰਦੇ ਨੇ, ਜੇ ਪ੍ਰਸਾਦ ਸਤੀ ਹੀ ਅੰਮ੍ਰਿਤ ਖਾਏ। ਹਜ਼ੂਰ ਕਹਿੰਦੇ ਨੇ, ਹੇ ਭਾਈ ਜਿਹੇ ਪ੍ਰਸਾਦ, ਪ੍ਰਸਾਦ ਦਾ ਅਰਥ ਹੁੰਦਾ ਕਿਰਪਾ, ਜਿਹੇ ਪ੍ਰਸਾਦ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਤੀ ਹੀ ਅੰਮ੍ਰਿਤ ਖਾਏ, ਅੰਮ੍ਰਿਤ ਵਰਗੇ ਬੜੇ ਸਵਾਦਲੇ ਮਿੱਠੇ ਭੋਜਨ ਤੂੰ ਛਕ ਰਿਹਾ ਹੈ। ਇਸ ਠਾਕੁਰ ਕਉ ਰਖ ਮਨ ਮਾਹੇ। ਵਾਹਿਗੁਰੂ ਪਰਮੇਸ਼ਰ ਦੀਨ ਦੁਨੀਆਂ ਦਾ ਮਾਲਕ ਹੈ, ਠਾਕੁਰ ਕਹਿੰਦੇ ਨੇ ਮਾਲਕ ਨੂੰ, ਤਿਸ ਠਾਕੁਰ ਕੋ ਰਖ ਮਨ ਮਾਹੇ, ਉਸ ਦੀਨ ਦੁਨੀਆਂ ਦੇ ਮਾਲਕ ਵਾਹਿਗੁਰੂ ਨੂੰ ਹਮੇਸ਼ਾ ਆਪਣੇ ਚਿੱਤ ਵਿੱਚ ਯਾਦ ਰੱਖਿਆ ਕਰ, ਜਿਹਦੀ ਕਿਰਪਾ ਦੁਆਰਾ ਸਵਾਦਲੇ ਅੰਮ੍ਰਿਤ ਰੂਪ ਭੋਜਨ ਛਕ ਰਹੇ ਹਨ।
ਜਿਹੜਾ 36 ਸ਼ਬਦ ਹੈ ਇਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ ਬਈ 6 ਮੁੱਖ ਰਸ ਮੰਨਦੇ ਨੇ, 6 ਰਸ, ਅਤੇ 6 ਰਸਾਂ ਤੋਂ ਇੱਕ ਇੱਕ ਰਸ ਤੋਂ 6-6 ਪ੍ਰਕਾਰ ਦੇ ਭੋਜਨ ਤਿਆਰ ਹੁੰਦੇ ਨੇ। 6 ਰਸ ਨੇ, 6 ਰਸਾਂ ਤੋਂ 6-6 ਪ੍ਰਕਾਰ ਦੇ ਭੋਜਨ ਤਿਆਰ ਹੁੰਦੇ ਸਨ ਅਤੇ ਫਿਰ ਉਹ 36 ਬਣ ਜਾਂਦੇ ਸਨ। ਅਤੇ ਹੁਣ ਤਾਂ ਬਹੁਤ ਸਾਰੀਆਂ ਹੋਰ ਵੀ ਐਟਮਾਂ ਲੋਕ ਬਣਾਉਣ ਲੱਗ ਪਏ ਨੇ, ਹੁਣ ਤਾਂ ਕੋਈ ਗਿਣਤੀ ਮਿਣਤੀ ਵੀ ਨਹੀਂ ਹੋ ਸਕਦੀ, ਪਰ ਜਿਹੜਾ 36 ਹੀ ਅੰਮ੍ਰਿਤ ਪੁਰਾਣੇ ਜ਼ਮਾਨੇ ਦੇ ਵਿੱਚ 6 ਰਸਾਂ ਤੋਂ 6-6 ਪ੍ਰਕਾਰ ਦੇ ਜਿਹੜੇ ਸਵਾਦਲੇ ਭੋਜਨ ਬਣਦੇ ਸਨ ਉਹਦੇ ਲਈ ਸ਼ਬਦ ਵਰਤੇ। ਅਤੇ ਇਹਨੂੰ ਬਹੁ ਵਚਨ ਵਿੱਚ ਵੀ ਵਰਤਿਆ ਜਾ ਸਕਦਾ ਕਿ ਜਿਸ ਵਾਹਿਗੁਰੂ ਦੀ ਕਿਰਪਾ ਦੁਆਰਾ 36 ਪ੍ਰਕਾਰ ਦੇ ਭਾਵ ਅਨੇਕਾਂ ਤਰ੍ਹਾਂ ਦੇ ਅੰਮ੍ਰਿਤ ਰੂਪ ਸਵਾਦਲੇ ਮਿੱਠੇ ਭੋਜਨ ਛਕ ਰਿਹਾ ਹੈ ਅਤੇ ਉਸ ਮਾਲਕ ਵਾਹਿਗੁਰੂ ਨੂੰ ਹਮੇਸ਼ਾ ਦੀ ਮਨ ਵਿੱਚ ਚੇਤੇ ਰੱਖਿਆ ਕਰ। ਜੇ ਪ੍ਰਸਾਦ ਸੁਗੰਧਤ ਤਨ ਲਾਵੇ, ਤਕਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਆਪਾਂ ਇਸ਼ਨਾਨ ਕਰਦੇ ਹਾਂ ਉਸ ਵੇਲੇ ਆਪਾਂ ਸਾਬਣ ਅਤੇ ਸ਼ੈਂਪੂ ਦਾ ਪ੍ਰਯੋਗ ਕਰਦੇ ਹਾਂ, ਜਦੋਂ ਸਾਬਣ ਦੇ ਵਿੱਚੋਂ ਮਹਿਕ ਆਵੇ ਉਸ ਵੇਲੇ ਰੱਬ ਨੂੰ ਚੇਤੇ ਕਰੋ, ਉਸ ਵਾਹਿਗੁਰੂ ਨੂੰ ਚੇਤੇ ਕਰੋ। ਅਤੇ ਜਦੋਂ ਫਿਰ ਇਸ਼ਨਾਨ ਕਰਕੇ ਆਪਾਂ ਕੋਈ ਨਾ ਕੋਈ ਖੁਸ਼ਬੂਦਾਰ ਤੇਲ ਦੀ ਵਰਤੋਂ ਕਰਦੇ ਹਾਂ ਉਹਦੇ ਵਿੱਚੋਂ ਮਹਿਕ ਆਉਂਦੀ ਹੈ, ਉਸ ਵੇਲੇ ਵੀ ਰੱਬ ਨੂੰ ਚੇਤੇ ਕਰੋ, ਵਾਹਿਗੁਰੂ ਦਾ ਸ਼ੁਕਰਾਨਾ ਕਰੋ। ਅਤੇ ਜਦੋਂ ਆਪਾਂ ਆਪਣੇ ਸਰੀਰ 'ਤੇ ਕਿਸੇ ਕਿਸਮ ਦਾ ਵੀ ਕੋਈ ਮਹਿਕਦਾਰ ਪਦਾਰਥ ਦਾ ਪ੍ਰਯੋਗ ਕਰਦੇ ਹਾਂ, ਕਈ ਪਰਫਿਊਮ ਲਾਉਂਦੇ ਨੇ, ਕੋਈ ਅਤਰ ਫਲੇਰ ਵਰਤਦੇ ਨੇ, ਕੋਈ ਕਸਤੂਰੀ ਨੂੰ ਵਰਤਦਾ, ਕਿਸੇ ਕਿਸਮ ਦੀ ਵੀ ਸੁਗੰਧੀ ਜਦੋਂ ਆਪਾਂ ਵਰਤਦੇ ਹਾਂ ਨਾ ਉਸ ਵੇਲੇ ਵਾਹਿਗੁਰੂ ਨੂੰ ਯਾਦ ਕਰੋ। ਹਜ਼ੂਰ ਕਹਿੰਦੇ ਜੇ ਪ੍ਰਸਾਦ ਸੁਗੰਧ ਤਨ ਲਾਵੇ, ਜਿਸ ਵਾਹਿਗੁਰੂ ਦੀ ਕਿਰਪਾ ਦੁਆਰਾ ਤੂੰ ਆਪਣੇ ਸਰੀਰ ਉੱਤੇ ਕਈ ਪ੍ਰਕਾਰ ਦੀਆਂ ਸੁਗੰਧੀਆਂ ਲਾ ਰਹੀ ਹੈ, ਭਾਵ ਜਿਹੜੇ ਖੁਸ਼ਬੂਦਾਰ ਪਦਾਰਥ ਨੇ, ਚਾਹੇ ਉਹ ਸਾਬਣ ਨੇ, ਚਾਹੇ ਉਹ ਤੇਲ ਨੇ, ਚਾਹੇ ਅਤਰ ਫਲੇਰ ਨੇ ਅਤੇ ਚਾਹੇ ਕੋਈ ਸੈਂਟ ਨੇ, ਅਤੇ ਜਿੰਨੇ ਵੀ ਤੂੰ ਖੁਸ਼ਬੂਦਾਰ ਪਦਾਰਥ ਆਪਣੇ ਸਰੀਰ 'ਤੇ ਲਾ ਰਿਹਾ ਹੈ ਇਸ ਕਉ ਸਿਮਰਤ ਪਰਮ ਗਤ ਪਾਵੇ, ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹਿ ਮਿਟਾਵੋ। ਜਦੋਂ ਤੂੰ ਵਾਹਿਗੁਰੂ ਦਾ ਸਿਮਰਨ ਕਰੇਗਾ ਤੇ ਫਿਰ ਤੇਰੇ ਅਤਰ ਫੁਲੇ ਲਾਏ ਵੀ ਸਫਲ ਹੋਣਗੇ ਤੇ ਨਾਲ ਦੀ ਨਾਲ ਵਾਹਿਗੁਰੂ ਦਾ ਸ਼ੁਕਰਾਨਾ ਵੀ ਹੋਵੇਗਾ। ਜੇ ਪ੍ਰਸਾਦ ਬਸੈ ਸੁਖ ਮੰਦਰ, ਸਤਿਗੁਰੂ ਜੀ ਫਰਮਾਉਂਦੇ ਨੇ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਪੈਰ ਰੱਖੋ ਤੇ ਉਸ ਵੇਲੇ ਵੀ ਵਾਹਿਗੁਰੂ ਨੂੰ ਭੁੱਲੋ ਨਾ। ਜਿਨ੍ਹਾਂ ਘਰਾਂ ਦੇ ਵਿੱਚ ਜਿਹੜੇ ਬੜੇ ਸੁਖਦਾਈ ਮੰਦਰ ਘਰ ਨੇ ਜਿਨ੍ਹਾਂ ਵਿੱਚ ਆਪਾਂ ਰਹਿੰਦੇ ਹਾਂ ਤੇ ਜਦੋਂ ਉਹਨਾਂ ਵਿੱਚ ਆਪਾਂ ਪ੍ਰਵੇਸ਼ ਹੁੰਦੇ ਹਾਂ ਅਤੇ ਨਾਲ ਉਹਨਾਂ ਘਰਾਂ ਦੇ ਵਿੱਚ ਨਿਵਾਸ ਕਰਦੇ ਹਾਂ ਉਸ ਵੇਲੇ ਵੀ ਵਾਹਿਗੁਰੂ ਦਾ ਸਿਮਰਨ ਕਰੋ। ਬੜੇ ਸੁੱਖ ਨਾਲ ਜਦੋਂ ਆਪਾਂ ਸੋਹਣੇ ਘਰਾਂ ਦੇ ਵਿੱਚ ਆਰਾਮ ਕਰਦੇ ਹਾਂ, ਉਹਨਾਂ ਸੋਹਣੇ ਘਰਾਂ ਦੇ ਵਿੱਚ ਮੌਜਾਂ ਮਾਣਦੇ ਹਾਂ ਉਸ ਵੇਲੇ ਵੀ ਸਾਨੂੰ ਕਦੀ ਵਾਹਿਗੁਰੂ ਭੁੱਲਣਾ ਨਹੀਂ ਚਾਹੀਦਾ। ਤਿਸਹਿ ਧਿਆਏ ਸਦਾ ਮਨ ਅੰਦਰ, ਸਤਿਗੁਰੂ ਜੀ ਫਰਮਾਉਂਦੇ ਨੇ ਜਿਨ੍ਹਾਂ ਘਰਾਂ ਦੇ ਵਿੱਚ ਬੈਠ ਕੇ ਰਹਿ ਕੇ ਅਸੀਂ ਮੌਜਾਂ ਮਾਣਦੇ ਹਾਂ ਉਹਨਾਂ ਘਰਾਂ ਦੇ ਵਿੱਚ ਰਹਿ ਕੇ ਰੱਬ ਨੂੰ ਨਾ ਭੁੱਲੋ।
ਹਜ਼ੂਰ ਕਹਿੰਦੇ ਨੇ ਤਿਸੈ ਧਿਆਏ ਸਦਾ ਮਨ ਅੰਦਰ, ਅਤੇ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੂੰ ਹਮੇਸ਼ਾ ਲਈ ਆਪਣੇ ਮਨ ਦੇ ਅੰਦਰ ਚੇਤੇ ਕਰੋ। ਕੇਵਲ ਰਸਨਾ ਤੋਂ ਹੀ ਰਾਮ ਰਾਮ ਨਹੀਂ ਜਪਣਾ, ਅਤੇ ਆਪਣੇ ਹਿਰਦੇ ਦੁਆਰਾ ਮਨ ਦੁਆਰਾ ਵੀ ਵਾਹਿਗੁਰੂ ਦਾ ਸਿਮਰਨ ਕਰੋ। ਜੇ ਪ੍ਰਸਾਦ ਗ੍ਰਹੇ ਸੰਗ ਸੁਖ ਬਸਨਾ। ਬਨਵਾਸ ਸਤਿਗੁਰੂ ਜੀ ਫਰਮਾਉਂਦੇ ਨੇ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਬੜੇ ਸੁੱਖ ਸ਼ਾਂਤੀ ਪੂਰਵਕ ਆਪਣੇ ਘਰ ਦੇ ਵਿੱਚ ਰਹਿੰਦਾ। ਪਹਿਲਾਂ ਤਾਂ ਆਖਿਆ ਸੀ ਨਾ, ਜੇ ਪ੍ਰਸਾਦ ਬਸੈ ਸੁੱਖ ਮੰਦਰ, ਵੀ ਜਿਹਨਾਂ ਘਰਾਂ ਦੇ ਵਿੱਚ ਬੜੇ ਸੁੱਖ ਨਾਲ ਰਹਿੰਦਾ। ਅਤੇ ਹੁਣ ਕਹਿੰਦੇ ਨੇ ਜੇ ਪ੍ਰਸਾਦ ਗ੍ਰਹਿ ਸੰਗ ਸੁੱਖ ਬਸਣਾ। ਕਈ ਵਾਰੀ ਘਰਾਂ ਦੇ ਵਿੱਚ ਵੀ ਕਲੇਸ਼ ਹੋ ਜਾਂਦੇ ਨੇ, ਘਰਾਂ ਦੇ ਵਿੱਚ ਵੀ ਕਈ ਇਹੋ ਜਿਹੇ ਵੀ ਇਨਸਾਨ ਮਿਲਦੇ ਨੇ, ਉਹ ਕਹਿੰਦੇ ਨੇ ਸਾਡਾ ਤਾਂ ਘਰੇ ਮਨ ਨਹੀਂ ਲੱਗਦਾ। ਜਦੋਂ ਘਰੇ ਜਾਂਦੇ ਹਾਂ ਤਾਂ ਮਨ ਉਚਾਟ ਜਿਹਾ ਹੋ ਜਾਂਦਾ, ਕਿਉਂਕਿ ਘਰ ਦਾ ਮਾਹੌਲ ਅੱਛਾ ਨਹੀਂ ਹੁੰਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜੇ ਤੁਸੀਂ ਘਰਾਂ ਦੇ ਵਿੱਚ ਸੁੱਖ ਨਾਲ ਨਿਵਾਸ ਕਰਦੇ ਹੋ, ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਹੈ, ਤੁਹਾਡੇ ਘਰ ਦੇ ਵਿੱਚ ਅਮਨ ਚੈਨ ਹੈ, ਤੁਹਾਡੇ ਘਰਾਂ ਵਿੱਚ ਸਾਰੀਆਂ ਸਹੂਲਤਾਂ ਦਾ ਤੁਸੀਂ ਆਨੰਦ ਮਾਣ ਰਹੇ ਹੋ, ਉਸ ਵੇਲੇ ਵੀ ਵਾਹਿਗੁਰੂ ਨੂੰ ਕਦੀ ਵੀ ਨਾ ਭੁੱਲੋ। ਪਾਠ ਪਹਿਰ ਸਿਮਰੋ ਤਿਸ ਰਸਨਾ। ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਣੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਨਾਲ ਵਸਦੇ ਹੋ, ਤੇ ਅੱਠੇ ਪਹਿਰ ਤੇ ਉਸ ਵਾਹਿਗੁਰੂ ਨੂੰ ਆਪਣੀ ਰਸਨਾ ਦੁਆਰਾ ਜਪੋ, ਤੇ ਮਨ ਦੁਆਰਾ ਉਸਨੂੰ ਸਿਮਰੋ, ਉਹਨੂੰ ਹਮੇਸ਼ਾ ਲਈ ਯਾਦ ਕਰਿਆ ਕਰੋ। ਜੇ ਪ੍ਰਸਾਦ ਰੰਗ ਰਸ ਭੋਗ। ਸਤਿਗੁਰੂ ਜੀ ਕਹਿੰਦੇ ਨੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਭ ਤਰ੍ਹਾਂ ਦੇ ਰੰਗ ਰਸ ਦੇ ਭੋਗ ਸੁੱਖ ਮਾਣ ਰਿਹਾ ਹੈ, ਕਿਉਂਕਿ ਜਿਹੜੇ ਰੰਗ ਨੇ, ਫੁੱਲਾਂ ਦੇ ਵੀ ਰੰਗ ਹੁੰਦੇ ਨੇ, ਉਹਨਾਂ ਨੂੰ ਵੀ ਆਪਾਂ ਘਰਾਂ ਦੇ ਵਿੱਚ ਗਾਰਡਨ ਵਿੱਚ ਲਾਉਂਦੇ ਹਾਂ, ਵੇਖ ਕੇ ਮਨ ਖੁਸ਼ ਹੁੰਦੇ। ਅਤੇ ਕਈ ਵਾਰੀ ਰੰਗ ਤੋਂ ਭਾਵ ਇਹ ਵੀ ਆ, ਜਿਹੜੇ ਰੰਗ ਬਿਰੰਗੇ ਆਪਾਂ ਵਸਤਰ ਵੀ ਪਹਿਨਦੇ ਹਾਂ, ਉਹਨਾਂ ਨੂੰ ਵੀ ਪਹਿਣ ਕੇ ਖੁਸ਼ੀ ਹੁੰਦੀ ਹੈ, ਇਹ ਰੰਗ ਰਸ ਦੇ ਭੋਗ ਨੇ। ਹਜ਼ੂਰ ਕਹਿੰਦੇ ਨੇ ਜਿੰਨੇ ਵੀ ਜਿਸ ਦੀ ਕਿਰਪਾ ਦੇ ਨਾਲ ਰੰਗ ਬਿਰੰਗੇ ਵਸਤਰ ਪਹਿਨਦੇ ਹੋ, ਰੰਗ ਬਿਰੰਗੇ ਤੁਸੀਂ ਆਪਣੇ ਘਰਾਂ ਦੇ ਵਿੱਚ ਫੁੱਲਾਂ ਦਾ ਖੇੜਾ ਅਤੇ ਨਾਲ ਖੁਸ਼ੀ ਮਾਣਦੇ ਹੋ, ਅਤੇ ਨਾਲ ਜਿੰਨੇ ਰਸ ਹੋ, ਬੜੇ ਰਸਦਾਇਕ ਪਦਾਰਥ ਨੇ, ਉਹਨਾਂ ਦਾ ਰਸ ਮਾਣਦੇ ਹੋ। ਨਾਨਕ ਸਦਾ ਧਿਆਈਐ ਧਿਆਵਨ ਜੋਗ। ਆਪਣੀ ਪੰਕਤੀ ਵਿੱਚ ਗਰੀਬਨ ਵਾਸ ਸਤਿਗੁਰੂ ਜੀ ਕਹਿੰਦੇ ਨੇ ਭਾਈ ਉਹ ਵਾਹਿਗੁਰੂ ਧਿਆਵਨ ਜੋਗ, ਉਹ ਧਿਆਉਣ ਦੇ ਯੋਗ ਹੈ, ਉਹ ਵਾਹਿਗੁਰੂ ਧਿਆਉਣ ਦੇ ਯੋਗ ਹੈ, ਅਤੇ ਉਸ ਵਾਹਿਗੁਰੂ ਨੂੰ ਹਮੇਸ਼ਾ ਲਈ ਧਿਆਉਣਾ ਚਾਹੀਦਾ। ਧਿਆਉਣ ਤੋਂ ਭਾਵ ਵੀ ਯਾਦ ਕਰਨਾ ਹੀ ਹੈ, ਅਸੀਂ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਰੱਖਣਾ। ਇਸ ਪੌੜੀ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਜਦੋਂ ਵੀ ਕੋਈ ਸੁੱਖ ਸਾਡੇ ਸਾਹਮਣੇ ਆਉਂਦਾ ਨਾ, ਤਾਂ ਉਸ ਨੂੰ ਯਾਦ ਕਰਕੇ ਕਦੀ ਵੀ ਵਾਹਿਗੁਰੂ ਨੂੰ ਭੁੱਲਣਾ ਨਹੀਂ ਚਾਹੀਦਾ। ਅਕਸਰ ਮਨੁੱਖ ਦੀ ਇੱਕ ਫਿਤਰਤ ਹੈ, ਉਹ ਫਿਤਰਤ ਕੀ ਹੈ, ਦਾਤ ਪਿਆਰੀ ਵਿਸਰਿਆ ਦਾਤਾ, ਜਾਣਾ ਨਾਹੀਂ ਮਰਨ ਵਿਚਾਰਾ। ਇਹਨੂੰ ਰੱਬ ਦੀ ਦਾਤ ਤੇ ਪਿਆਰੀ ਲੱਗਦੀ ਹੈ, ਪਰ ਉਸ ਦਾਤ ਨੂੰ ਪ੍ਰਾਪਤ ਕਰਕੇ ਦਾਤੇ ਨੂੰ ਭੁੱਲ ਜਾਂਦਾ। ਕੀਤੇ ਕਹੋ ਮੇਰਾ ਸੂਹ ਮਾਨੈ, ਕਰਨ ਹਾਰ ਤ੍ਰਿਣ ਜਾਨੈ, ਤੂੰ ਦਾਤਾ ਮੰਗਣ ਕੋ ਸਗਲੀ,
ਦਾਨ ਦੇਹ ਪ੍ਰਭ ਕੀਤੇ ਕੋ ਮੇਰਾ ਸਨਮਾਨ ਹੈ। ਜਿਹੜੇ ਪੈਦਾ ਕੀਤੇ ਹੋਏ ਪਦਾਰਥ ਨੇ ਉਹਨਾਂ ਨੂੰ ਤੇ ਮੇਰਾ ਦਾ ਅਰਥ ਹੁੰਦਾ ਪਹਾੜ ਵਾਂਗੂ ਪਰਬਤ ਵਾਂਗੂ ਆਸਰਾ ਮੰਨਦੇ। ਕੀਤੇ ਕੋ ਮੇਰਾ ਸਨਮਾਨ ਹੈ ਕਰਨ ਹਾਰ ਤਿਣ ਜਾਣੇ, ਕਿ ਜਿਹੜਾ ਸਭ ਕੁਝ ਬਖਸ਼ਿਸ਼ ਕਰਨ ਵਾਲਾ ਵਾਹਿਗੁਰੂ ਦਾਤਾ ਹੈ ਤੇ ਉਹਨੂੰ ਕੱਖ ਵਾਂਗੂ ਨਾ ਮਾਲੂਮ ਹਸਤੀ ਸਮਝਿਆ ਹੋਇਆ ਸੀ। ਇਹ ਮਨੁੱਖ ਦੀ ਫਿਤਰਤ ਹੈ, ਇਹ ਦਾਤਾ ਨਾਲ ਪਿਆਰ ਕਰਦਾ, ਦਾਤੇ ਦੀ ਲੋੜ ਹੀ ਨਹੀਂ ਸਮਝਦਾ, ਕਹਿੰਦਾ ਮੈਂ ਦਾਤੇ ਤੋਂ ਕੀ ਲੈਣਾ, ਮੈਨੂੰ ਦਾਤਾਂ ਹੀ ਚਾਹੀਦੀਆਂ। ਪਰ ਸਤਿਗੁਰੂ ਕਹਿੰਦੇ ਨੇ ਜਦੋਂ ਵਾਹਿਗੁਰੂ ਦਾਤਾਂ ਦਿੰਦਾ ਨਾ ਤੇ ਉਹਨੂੰ ਭੁੱਲੋ ਨਾ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੂਰੀ ਇਸ ਪੌੜੀ ਦੇ ਵਿੱਚ ਪਹਿਲਾਂ ਭੋਜਨ ਤੋਂ ਗੱਲ ਸ਼ੁਰੂ ਕੀਤੀ, ਜੇ ਪ੍ਰਸਾਦ ਸ਼ਤੀ ਹੀ ਅੰਮ੍ਰਿਤ ਖਾਏ, ਤੇ ਫਿਰ ਆਖਿਆ ਜੇ ਪ੍ਰਸਾਦ ਸੁਗੰਧ ਦਾ ਤਨ ਲਾਵੇ, ਫਿਰ ਆਖਿਆ ਜੇ ਪ੍ਰਸਾਦ ਕਰੇ ਸੰਗ ਸੁੱਖ ਵਸਣਾ, ਜੇ ਪ੍ਰਸਾਦ ਰੰਗ ਰੱਖੋ। ਜਿੰਨੇ ਵੀ ਅਸੀਂ ਸੁੱਖ ਸਹੂਲਤਾਂ ਦੇ ਆਨੰਦ ਨੂੰ ਮਾਣਦੇ ਹਾਂ ਨਾ, ਤੇ ਸਤਿਗੁਰੂ ਕਹਿੰਦੇ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਰਹੋ, ਦਾਤੇ ਨੂੰ ਭੁੱਲੋ ਨਾ, ਫਿਰ ਤੇ ਉਹਦੀਆਂ ਦਾਤਾਂ ਪ੍ਰਾਪਤ ਕੀਤੀਆਂ ਹੰਡਾਈਆਂ ਤੇ ਸੁੱਖ ਲਿਆ ਤੁਹਾਡਾ ਸਫਲ ਹੋਵੇਗਾ। ਤੇ ਜੇ ਤੁਸੀਂ ਦਾਤੇ ਨੂੰ ਭੁੱਲੇ ਤੇ ਫਿਰ ਖੱਜਲ ਖੁਆਰ ਵੀ ਹੋਣਾ ਪਵੇਗਾ, ਹਰ ਬਿਸਰਤ ਸਦਾ ਖੁਆਰੀ। ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ, ਇਹ ਹੈ ਪਾਵਨ ਗੁਰਬਾਣੀ ਦੀ ਸਿੱਖਿਆ। ਬਾਕੀ ਕੱਲ੍ਹ ਨੂੰ ਆਪ ਸੰਗਤਾਂ ਇਸੇ ਸਮੇਂ ਗੁਰਬਾਣੀ ਦੀ ਵਿਚਾਰ ਸਰਵਣ ਕਰੋਗੇ, ਸਾਰੀ ਸੰਗਤ ਦਾ ਅਤੇ ਨਾਲ ਪ੍ਰਬੰਧ ਦਾ, ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਰੇ ਸਿੰਘਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਉਚੇਚੇ ਤੌਰ 'ਤੇ ਪ੍ਰੋਗਰਾਮ ਬਣਾਇਆ ਅਤੇ ਨਿਭਾ ਰਹੇ ਨੇ। ਭਾਈ ਹਰਸਿਮਰਨਜੀਤ ਸਿੰਘ ਜੀ, ਭਾਈ ਬਗੀਚਾ ਸਿੰਘ ਜੀ, ਹੋਰ ਗੁਰਮੁਖ ਪਿਆਰੇ ਅਤੇ ਨਾਲ ਗ੍ਰੰਥੀ ਸਿੰਘ ਜੀ ਜਿਨ੍ਹਾਂ ਨੇ ਪਾਠ ਦੀ ਸੇਵਾ ਨਿਭਾਈ ਹੈ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਜੇ ਪ੍ਰਸਾਦ ਰੰਗ ਰਸ ਭੋਗ